आड़ती बैठे होंगे बाबू, आड़तियों की कहती है बीजेपी गवर्नमेंट दलाल, बिचोलिए दलाल बिचों खांदे ने। मैं खुद जिमीदार का मुंडा, मैं पार्लीमेंट दस्या, मैं कह की होंगे ने आड़ती, आड़ती कौन है? आड़ती को साड़ी छे छे महीने बाद दो फसल जाती हैं, पर सानू जिहड़े पैसे चाहिए है, भैन का विआह आ गया आड़ती कहांगे आजूगा पैसा, बापू नू कोई बीमारी हो गई राजिंदरा हस्पताल जाण तो पहला आड़ती फोन करदे आ, उहदा मनीम जां उहदा मुंडा गेट ते खड़ा हुंदा पटियाले 2 लाख रुपया लई अद्धी रात नू, अद्धी रात नू। ते आड़ती कोले असी जाने आपदी फसल लैके, वह फसल लहाउंदा है, उहनू पक्खा लवाउंदा है, ठीक है झार लवाउंदा है, उस तों बाद उहनू बोली लवाउंदा, तलवाउंदा है, तलवा के बोरियां च भरौंदा, तो शैलर च पहुँचाउंदा। ही इज़ ए सर्विस प्रोवाइडर, 2.5% आपदा उधरों लैंदा, सानूं दा ही कुछ कहिंदा, सर्विस प्रोवाइडर है। ये कहिंदे बचोलीए, ते हुण बापू बीमार हो गया, डॉक्टर ने कहता DMC लै जाओ, अंडानियां नूं फोन करोगे भी DMC पैसे पहुँचा दो जी, वह कहणगे अपना तो एग्रीमेंट ही नहीं होया अजे, तेरी फसल पक लैण दे फिर गल करांगे। होर तां होर साडे तां आड़ती रिश्ते कराउंदे ने, जिहड़ा आड़ती रिश्ता कराउंदा ना वह सब तो ज़्यादा चलता जी, वो सब तो ज़्यादा विश्वास वाला होंदा, क्योंकि दोनों परिवारों नूं जानदा होंदा कि इहदे कोल इन्नी जमीन है इन्नी ठेके ते लैंदा, इहदे कोल भी इन्नी जमीन है इन्नी ठेके ते करदा, मुंडा है इहदे कोल इन्ना करजा ही है इन्ना करजा ही है, दोनों का रिश्ता कराउंदा जी। वो रिश्ते सब तो ज़्यादा मजबूत होंदे ने। ਉਹਨੂੰ ਕੀ ਪਤਾ ਮੈਂ ਔਰ ਆੜਤੀ ਆ ਜਿਹੜਾ ਉਹ ਅਨਡਿਕਲੇਅਰਡ CA ਰਾਘਵ ਤੂੰ CA ਨਾ ਜਿਹੜਾ ਆੜਤੀ ਆ ਉਹ ਕਿਸਾਨਾਂ ਦਾ ਅਨਡਿਕਲੇਅਰਡ ਬਿਨਾਂ ਪੈਸੇ ਤੋਂ CA ਚਾਰਟਰਡ ਅਕਾਊਂਟੈਂਟ ਉਹਦੇ ਟੱਬਰ ਦਾ ਹਿਸਾਬ ਰੱਖਦਾ। ਮੈਂ ਆਪਣੇ ਦਾਦਾ ਜੀ ਨਾਲ ਚਲਾ ਗਿਆ ਕਸਤੂਰੀ ਲਾਲ ਸਾਡੇ ਆੜਤੀ ਆ ਉੱਥੇ ਸੁਨਾਮ ਪੈਸੇ ਲੈਣ ਚਲੇ ਗਏ। ਦਾਦਾ ਜੀ ਕਹਿੰਦੇ ਲਾਲਾ ਜੀ ਰਕਮ ਚਾਹੀਦੀ ਹੈ। ਕਹਿੰਦੇ ਦਰਬਾਰ ਸਿੰਘ ਕਿੰਨੀ ਚਾਹੀਦੀ ਹੈ? ਦਾਦਾ ਜੀ ਕਹਿੰਦੇ 40,000 ਚਾਹੀਦਾ। 25-30 ਸਾਲ ਪਹਿਲਾਂ ਦੀ ਗੱਲ ਹੈ, ਮੈਂ ਛੋਟਾ ਹੁੰਦਾ ਸੀ ਅਤੇ 40,000 ਦਰਬਾਰ ਸਿੰਘ ਕੀ ਕਰਨਾ? ਉਹ ਕਹਿੰਦੇ ਉਹ ਗੱਜਣ ਸਿਉਂ ਵਾਲੀ ਜ਼ਮੀਨ ਨਾਲ ਲੱਗਦੀ ਹੈ, ਖੱਤਾ ਜਿਹਾ ਨਾਲ ਹੀ ਲੱਗਦਾ, ਉਹ ਵੀ ਲੈ ਲੈਂਦੇ ਹਾਂ ਫਿਰ ਪੂਰੇ ਬਣ ਜੂ। ਤਾਂ ਆੜਤੀ ਪਤਾ ਕੀ ਕਹਿੰਦਾ? ਕਹਿੰਦਾ ਦਰਬਾਰ ਸਿਆਂ ਆਪਦੀ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ, ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ, ਇਹ ਨਾਲ ਲੱਗਣੋਂ ਨਹੀਂ ਹਟਦੀ। ਨਹੀਂ ਦਿੱਤੇ ਜੀ ਉਹਨੇ, ਨਹੀਂ ਦਿੱਤੇ, ਕਿਉਂਕਿ ਉਹਨੂੰ ਪਤਾ ਸੀ ਤੂੰ 40 ਅੱਜ ਲੈ ਕੇ ਜਾਏਗਾ, ਇਹਦਾ ਵਿਆਜ ਤੈਨੂੰ ਉਹ ਜ਼ਮੀਨ ਦੀ ਪ੍ਰੋਡਕਸ਼ਨ ਨਾਲੋਂ ਜ਼ਿਆਦਾ ਪੈ ਜਾਊਗਾ। CA ਸੀਗਾ ਉਹ ਸਾਡਾ, ਇਹਨਾਂ ਨੇ ਸਾਰੇ ਰਿਸ਼ਤੇ ਸਾਡੇ ਤੋੜ ਕੇ ਰੱਖ ਦੇਣੇ ਨੇ। ਸੋ ਇਹ ਜਿਹੜਾ ਸਪੇਅਰ ਪਾਰਟ ਵਾਲਾ, ਜੇ ਕਿਸਾਨੀ ਬਿੱਲ ਲਾਗੂ ਹੋ ਗਏ ਸਪੇਅਰ ਪਾਰਟ ਵਾਲਾ ਖਤਮ, ਖੇਤੀ ਨਾਲ ਸਪਰੇਆਂ ਜਿਹੜੀ ਪੈਸਟੀਸਾਈਡ ਦੀਆਂ ਦੁਕਾਨਾਂ ਖਤਮ, ਠੀਕ ਹੈ ਨਾ, ਫਿਰ ਤਾਂ ਵੱਡੇ ਵੱਡੇ ਉਹ ਤਾਂ ਆਪਦੀਆਂ ਲੈ ਕੇ ਆਉਣਗੇ ਜੀ, ਉਹਨਾਂ ਉਹ ਆਪਣੇ ਤੋਂ ਥੋੜ੍ਹੀ ਖਰੀਦਣਗੇ ਮੋਨੋਕ੍ਰੋਟੋਫਾਸ, ਉਹਨਾਂ ਨੇ ਥੋੜ੍ਹੀ ਪਦਾਨ ਆਪਣੇ ਤੋਂ ਲੈਣੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ, ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਇੱਕ ਤਾਂ ਸਰ ਦਿੱਲੀ ਦੀ ਕਨੈਕਟੀਵਿਟੀ ਇੱਥੋਂ ਮਤਲਬ ਬਹੁਤ ਪੂਅਰ ਹੈ, ਈਵਨ ਤੁਸੀਂ ਵੀ ਅੱਜ ਫੰਕਸ਼ਨ ਖਤਮ ਕਰਕੇ, ਬੜਾ ਵਧੀਆ ਹੁੰਦਾ ਜੇ ਇੱਥੋਂ ਕੋਈ 5 ਵਜੇ 7 ਵਜੇ ਐਸੀ ਟ੍ਰੇਨ ਜਾਂਦੀ, ਤੁਸੀਂ ਜਾ ਕੇ 8-9 ਵਜੇ ਨੂੰ ਦਿੱਲੀ ਪਹੁੰਚ ਜਾਂਦੇ। ਤੁਹਾਨੂੰ ਅੱਜ ਅੰਮ੍ਰਿਤਸਰ ਤੋਂ ਫਲਾਈਟ ਲੈਣੀ ਪੈ ਰਹੀ ਹੈ, ਬਠਿੰਡੇ ਤੋਂ ਅੰਮ੍ਰਿਤਸਰ ਜਾਓਗੇ ਉੱਥੋਂ ਫਲਾਈਟ ਲਾਓਗੇ। ਸੋ ਇੱਥੋਂ ਕਨੈਕਟੀਵਿਟੀ ਦਿੱਲੀ ਦੀ, ਕਿਉਂਕਿ ਦਿੱਲੀ ਨਾਲ ਤਾਂ ਬਹੁਤ ਜ਼ਿਆਦਾ ਵਪਾਰ ਦਾ ਸੰਬੰਧ ਹੈ, ਉਹਦੇ ਬਾਰੇ ਵੀ ਸਾਨੂੰ ਕੋਈ ਨਾ ਆਪਾਂ ਨੂੰ ਕਰਨਾ ਪੈਣਾ ਸਰ। ਅਤੇ ਬਾਕੀ ਜੋ ਵੀ ਰੋਡ ਮੈਪ ਤੁਸੀਂ ਦੱਸੋਗੇ ਅਸੀਂ ਉਹਨੂੰ ਇਹਨਾਂ ਨਾਲ ਹੋਰ ਦੁਬਾਰਾ ਛੋਟੀਆਂ ਨੁੱਕੜ ਮੀਟਿੰਗਾਂ ਕਰਕੇ ਹੋਰ ਵੀ ਜ਼ਿਆਦਾ ਜਿਹੜੇ ਸੁਝਾਅ ਜਿਹੜੇ ਲੈਂਦੇ ਰਹਾਂਗੇ। ਅਤੇ ਮੈਂ ਇਹੀ ਚਾਹੁੰਦਾ ਕਿ ਵਪਾਰ ਵਧੂਗਾ ਤਾਂ ਰੋਜ਼ਗਾਰ ਆਊਗਾ, ਰੋਜ਼ਗਾਰ ਆਊਗਾ ਤਾਂ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਵੱਲ ਦੇਖਣੋਂ ਹਟਣਗੇ, ਨਹੀਂ ਤਾਂ 15-20 ਲੱਖ ਰੁਪਈਆ ਲਾ ਕੇ ਆਈਲੈਟਸ ਕਰਕੇ ਭੱਜ ਰਹੇ ਹਾਂ। ਇਸ ਮੁਲਕ ਨੂੰ ਛੱਡਣਾ ਨਹੀਂ, ਇਹ ਆਪਣਾ ਹੀ ਮੁਲਕ ਹੈ। ਆਪਾਂ ਇਹ ਨਾ ਕਿਹਾ ਕਰੀਏ ਚਲ ਆਪਾਂ ਕੀ ਲੈਣਾ, ਜੇ ਭਗਤ ਸਿੰਘ ਹੋਰੀ ਇਹ ਕਹਿ ਦਿੰਦੇ ਆਪਾਂ ਕੀ ਲੈਣਾ ਫਿਰ ਹੁਣ ਨੂੰ ਅੰਗਰੇਜ਼ ਹੁੰਦੇ। ਆਪਾਂ ਕਿਉਂ ਨਹੀਂ ਲੈਣਾ ਯਾਰ, ਆਪਾਂ ਹੀ ਲੈਣਾ,
ਆਪਾਂ ਸਾਂਭ ਲੈਣਾ ਮੁਲਕ ਆਪਣਾ ਜਿਨ੍ਹਾਂ ਨੂੰ ਆਪਾਂ ਮੁਲਕ ਦਿੰਦੇ ਹਾਂ ਜਿਨ੍ਹਾਂ ਨੂੰ ਆਪਾਂ ਸਰਕਾਰਾਂ ਬਣਾ ਕੇ ਦਿੰਦੇ ਹਾਂ ਉਹਨਾਂ ਤੋਂ ਆਪਾਂ ਹਿਸਾਬ ਲੈਣਾ ਇਹਨਾਂ ਕਿਹਾ ਕਰੋ ਆਪਾਂ ਕੀ ਲੈਣਾ ਉਹਨੂੰ ਕਹੋ ਵੀ ਇੱਧਰ ਆਓ ਅਸੀਂ ਤੁਹਾਡੇ ਤੋਂ ਹਿਸਾਬ ਲੈਣਾ ਸਾਡੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਦੇ ਉਹ ਜ਼ਿੰਮੇਵਾਰ ਨੇ ਜਦੋਂ ਜਿਹੜੇ ਵੀ ਸੂਬੇ 'ਚ ਜਿਹੜੇ ਵੀ ਮੁਲਕ ਦੇ ਵਿੱਚ ਚੁੱਲ੍ਹਿਆਂ ਦੀ ਅੱਗ ਠੰਡੀ ਪੈ ਜੇ ਅਤੇ ਸਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਜਾਣ ਇਹ ਨਿਕੰਮੇ ਹਾਕਮਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸੋ ਇਹ ਪੰਜਾਬ ਦੇ ਵਿੱਚ ਚੱਲ ਰਿਹਾ ਆਪਾਂ ਕੀ ਕਰਨਾ ਸਿਵਿਆਂ ਦੀ ਅੱਗ ਠੰਡੀ ਪਾਉਣੀ ਹੈ ਭਾਵੇਂ ਉਹ ਨਸ਼ਿਆਂ ਨਾਲ ਮਰੀ ਜਾਂਦੇ ਨੇ ਭਾਵੇਂ ਖੁਦਕੁਸ਼ੀਆਂ ਕਰੀ ਜਾਂਦੇ ਨੇ ਅਤੇ ਆਪਾਂ ਚੁੱਲ੍ਹਿਆਂ ਦੀ ਅੱਗ ਬਚਾਉਣੀ ਹੈ ਤਾਂ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਨਾ ਬਠਿੰਡੇ ਨੂੰ ਪੈਰਿਸ ਬਣਾਉਣਾ ਨਾ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਹੈ ਸਾਨੂੰ ਸਾਡਾ ਪੰਜਾਬ ਮੋੜ ਦਿਓ ਕੀ ਕਹਿ ਕੇ ਇਹ ਕਹਿ ਕੇ ਕਿ ਮੁਹੱਲਾ ਕਲੀਨਿਕ ਬਣਾਵਾਂਗੇ ਸਕੂਲ ਬਣਾਵਾਂਗੇ CCTV ਕੈਮਰੇ ਲੱਗਣਗੇ ਹੋਰ ਜ਼ਿਆਦਾ ਤਰੱਕੀ ਕਰਾਂਗੇ ਜੇ ਚੰਗੇ ਲੱਗੇ 5 ਸਾਲ ਦੇ ਕੰਮ ਵੋਟ ਪਾ ਦਿਓ ਨਹੀਂ ਨਾ ਪਾਇਓ ਇਹ ਕੋਈ ਕਹਿ ਸਕਦਾ ਇੱਥੇ ਬਾਦਲ ਸਾਹਿਬ ਕੈਪਟਨ ਸਾਹਿਬ ਕਦੋਂ ਦੇ ਲੱਗੇ ਨੇ ਇੱਕ ਮੌਕਾ ਹੋਰ ਦਿਓ ਜੀ ਸਾਡੇ ਤਾਂ ਮੌਕੇ ਹੀ ਮੁੱਕ ਗਏ ਇਹਨਾਂ ਨੂੰ ਮੌਕੇ ਦਿੰਦਿਆਂ ਨੂੰ ਸੋ ਇਸ ਕਰਕੇ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਛ ਹੋ ਸਕਦਾ ਨੀਅਤ ਸਾਫ਼ ਦੀ ਗੱਲ ਹੈ CM ਸਾਹਿਬ ਇੰਡਸਟਰੀ ਵਾਲੇ ਬੈਠੇ ਨੇ ਬਿਜਲੀ ਦੀ ਕਮੀ ਹਾਲਾਂਕਿ ਬਿਜਲੀ ਪੈਦਾ ਕਰਦਾ ਸਾਡਾ ਪੰਜਾਬ ਤੁਸੀਂ ਬਿਜਲੀ ਖਰੀਦਦੇ ਹੋ ਤੁਸੀਂ 24 ਘੰਟੇ ਦੇਈ ਜਾਂਦੇ ਹੋ ਬਿਜਲੀ ਸਾਡੇ ਇੱਥੇ ਬਿਜਲੀ ਦੀ ਕਮੀ ਸਭ ਤੋਂ ਪਹਿਲੀ ਵਾਰ ਇੰਡਸਟਰੀ ਨੂੰ ਹਫ਼ਤੇ 'ਚੋਂ 3 ਦਿਨ ਫੈਕਟਰੀਆਂ ਚੱਲਣਗੀਆਂ ਬਸ ਪਾਬੰਦੀ ਚਲੋ ਜੀ ਹਜੇ ਵੀ ਘੱਟ ਹੈ ਹਫ਼ਤੇ 'ਚੋਂ ਸਿਰਫ 2 ਦਿਨ ਫੈਕਟਰੀਆਂ ਚੱਲਣਗੀਆਂ ਅਤੇ ਇੱਥੇ ਖ਼ਬਰਾਂ ਜਿਹੜੀਆਂ ਆਉਂਦੀਆਂ ਨੇ ਇਸ ਗੱਲ ਦੀਆਂ ਨਹੀਂ ਕਿ ਫੈਕਟਰੀਆਂ ਚੱਲ ਰਹੀਆਂ ਨੇ ਇੱਥੇ ਖ਼ਬਰਾਂ ਆਉਂਦੀਆਂ ਨੇ ਛਾਪੇ ਪੈਂਦੇ ਨੇ ਜਦੋਂ ਕਿ ਬਠਿੰਡੇ ਦੇ ਵਿੱਚ 7 ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ ਜਿਵੇਂ ਕੋਈ ਸ਼ਰਾਬ ਦੀ ਭੱਠੀ ਨਹੀਂ ਚੱਲਦੀ ਫੜੀ ਜਾਂਦੀ ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ ਮਤਲਬ ਕਾਰੋਬਾਰੀ ਕੰਮ ਕਰਦਾ ਫੜਿਆ ਗਿਆ ਫਿਰ ਕਿਹੜੇ ਮਾਹੌਲ 'ਚ ਕੰਮ ਕਰ ਲਓਗੇ ਜੀ ਤੁਸੀਂ ਸੋ ਅੱਜ ਤੁਸੀਂ ਕੁਛ ਦਸ਼ਾ ਅਤੇ ਦਿਸ਼ਾ ਇਹਨਾਂ ਨੂੰ ਦੱਸ ਕੇ ਜਾਓ ਕਿਉਂਕਿ ਦਿੱਲੀ ਤੁਸੀਂ ਵਪਾਰੀਆਂ ਨਾਲ ਗੱਲ ਕਰਕੇ ਦਿੱਲੀ ਦੇ ਵਪਾਰੀ ਜਿਹੜੇ ਨੇ ਉਹਨਾਂ ਦਾ ਕਾਇਆ ਪਲਟ ਕਰਕੇ ਰੱਖਤਾ ਭਾਵੇਂ ਪਹਿਲਾਂ ਵੈਟ ਸੀ ਵੈਟ ਵੇਲੇ ਤੁਸੀਂ 12% 12.5% ਤੋਂ ਵੈਟ ਘਟਾ ਕੇ 5% ਕਰਤਾ ਫਿਰ ਵੀ ਕੁਲੈਕਸ਼ਨ ਜਿਹੜੀ ਵੈਟ ਦੀ ਉਹ 3-4 ਹਜ਼ਾਰ ਕਰੋੜ ਵੱਧ ਗਈ ਕਿਉਂਕਿ ਵਪਾਰੀ ਕਹਿੰਦਾ ਮੇਰੇ ਇੰਸਪੈਕਟਰ ਨਹੀਂ ਆਉਂਦਾ ਹੁਣ ਵੈਟ ਮੈਨੂੰ ਘੱਟ ਹੈ ਮੈਂ ਸਾਰਾ ਵੈਟ ਦੇਊਂਗਾ ਲੋਕ ਟੈਕਸ ਦੇਣ ਨੂੰ ਤਿਆਰ ਨੇ ਬਸ਼ਰਤੇ ਕਿ ਲੋਕਾਂ ਨੂੰ ਇਹ ਵਿਸ਼ਵਾਸ ਬਣੇ ਕਿ ਇਹ ਟੈਕਸ ਜਿਹੜਾ ਮੈਂ ਇਮਾਨਦਾਰ ਗੌਰਮੈਂਟ ਨੂੰ ਦੇ ਰਿਹਾ ਇਹ ਟੈਕਸ ਕਿਸੇ ਨਾ ਕਿਸੇ ਰੂਪ 'ਚ ਮੇਰੇ ਕੋਲ ਵਾਪਸ ਆਊਗਾ ਬਸ ਆ ਸਕੂਲਾਂ ਰਾਹੀਂ ਵਾਪਸ ਆਊਗਾ ਸੜਕਾਂ ਰਾਹੀਂ ਵਾਪਸ ਆਊਗਾ ਕਿਸੇ ਨਾ ਕਿਸੇ ਇਨਫਰਾਸਟਰਕਚਰ ਰਾਹੀਂ ਵਾਪਸ ਆਊਗਾ ਫੋਕਲ ਪੁਆਇੰਟ ਬਣਨਗੇ SEZ ਬਣਨਗੇ ਬਿਜਲੀ ਮੈਨੂੰ ਸਸਤੀ ਮਿਲੂਗੀ ਕਿਸੇ ਨਾ ਕਿਸੇ ਰੂਪ 'ਚ ਮੇਰਾ ਟੈਕਸ ਮੈਨੂੰ ਵਾਪਸ ਆਊਗਾ ਤਾਂ ਫਿਰ ਆਪਾਂ ਨੂੰ CA ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਯਾਰ ਹੋਰ ਘਟਾ ਲਾ ਕੋਈ ਕਿਧਰੇ ਹੋਰ ਪਾ ਦੇ ਖਰਚੇ ਯਾਰ ਇਹਨਾਂ ਨੇ ਤਾਂ ਖਾਣਾ ਹੀ ਹੈ ਆਹ ਬਣ ਗਈ ਨਾ ਇਮੇਜ ਪਰਸੈਪਸ਼ਨ ਬਣ ਗਈ ਲੀਡਰਾਂ ਦੀ ਕਿ ਜਿੰਨੇ ਦਿਨੇ ਇਹਨਾਂ ਦੇ ਢਿੱਡ 'ਚ ਜਾਣੇ ਆ ਸੋ ਵੀਰੋ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਬਦਲਣ ਲੱਗੀ ਹੈ ਕੁਛ ਨਾ ਕੁਛ ਉਮੀਦ ਦਾ ਇੱਕ ਥੋੜ੍ਹਾ ਜਿਹਾ ਚਾਨਣ ਮੁਨਾਰਾ ਦੇਖਿਆ 70 ਸਾਲਾਂ ਹਨੇਰੀ ਸੁਰੰਗ ਦੇ ਵਿੱਚ ਇੱਕ ਛੋਟੀ ਜਿਹੀ ਸੂਰਜ ਦੀ ਕਿਰਨ ਨਜ਼ਰ ਆਈ ਹੈ ਕੇਜਰੀਵਾਲ ਦੇ ਰੂਪ 'ਚ ਆਮ ਆਦਮੀ ਪਾਰਟੀ ਦੇ ਰੂਪ 'ਚ ਕਿ ਸ਼ਾਇਦ ਇਹਦੇ ਤੋਂ ਕੋਈ ਚਾਨਣ ਜਿਹਾ ਲੈ ਕੇ ਇਹ ਹਨੇਰੀ ਸੁਰੰਗ 'ਚੋਂ ਨਿਕਲ ਜਾਂਗੇ ਨਹੀਂ ਤਾਂ ਆ ਬੈਠੇ ਹਾਂ ਫਸੇ ਉਹੀ ਚੱਲੀ ਜਾਂਦਾ ਹੁਣ ਇਕੱਲਾ ਕਿਸਾਨ ਨਹੀਂ ਹੁਣ ਵਪਾਰੀਆਂ ਦੀਆਂ ਖੁਦਕੁਸ਼ੀਆਂ ਦੀ ਵੀ ਖਬਰ ਆਉਂਦੀ ਹੈ ਬਠਿੰਡੇ 'ਚ ਹੋਇਆ ਪੂਰਾ ਪਰਿਵਾਰ ਹੋਇਆ ਵਪਾਰੀਆਂ ਦੀਆਂ ਖੁਦਕੁਸ਼ੀਆਂ ਵੀ ਸ਼ੁਰੂ ਹੋ ਗਈਆਂ ਤੁਹਾਨੂੰ ਚੋਰ ਸਮਝਦੇ ਆ ਟੈਕਸ ਵੀ ਸਭ ਤੋਂ ਵੱਧ ਦਿੰਦੇ ਹੋ ਚੋਰ ਵੀ ਕਹਾਉਂਦੇ ਹੋ ਮੈਂ ਕਹਿੰਦਾ ਸਭ ਤੋਂ ਬਹੁਤ ਵੱਡੇ ਦੇਸ਼ ਭਗਤ ਤੁਸੀਂ ਹੋ ਕਿ ਤੁਸੀਂ ਕੰਮ ਵੀ ਦਿੰਦੇ ਹੋ ਰੋਜ਼ਗਾਰ ਦਿੰਦੇ ਹੋ ਟੈਕਸ ਦਿੰਦੇ ਹੋ ਥੋੜ੍ਹੇ ਤੋਂ ਵੱਡਾ ਦੇਸ਼ ਭਗਤ ਕੌਣ ਹੈ ਯਾਰ